बिस्मिल्लाहिर्रहमानिर्रहीम। पाकिस्तान सुपर विलेज के तमाम दोस्तों को वेलकम करते हैं। किसान वीरो, किसान भराओ, अज तुहानू ये दसांगे कि तुही अपनी जिहड़ी घोड़ागाड़ी है इहनू किवें बेहतरीन चला सकते हो। जिहड़े लोकी घोड़ा दड़ाण वास्ते रखते हैं, जिहड़े लोकी घोड़ा अपना पट्ठिआं लई रखते हैं, किसी भी काम लई रखते हैं, उन्हां नू अज ये दसांगे कि किवें तुही उहनू बेहतरीन अंदाज 'च रख सकते हो, किवें बीमारियों तो बचा सकते हो, केड़ी केड़ी बीमारी है, केड़े केड़े निशानात ने। अज बजुर्गों का तजर्बा तुहाडे सामने जाहिर करने हैं, तो वह अपनी सारा तजर्बा जिहड़ा तुहानू तफसील दसदे ने, ते मुकम्मल वीडियो जरूर वेखो, मुकम्मल मालूमात हासिल करो। अस्सलाम वालेकुम बुजुर्गो। वालेकुम अस्सलाम। की नाम है बुजुर्गो? मेरा नाम मुनव्वर हुसैन है। मुनव्वर हुसैन। अच्छा बुजुर्गो, केड़ी जगह तो तलक है? मेरा पिंड पड़ताली है। ठीक है, पड़ताली तो बुजुर्गों का तलक है। जट बिरादरी अपना सही है। अच्छा बुजुर्गो, ये दसो कि घोड़िया का शौक करदे हो किन्ने साल हो गए ने? तकरीबन कोई ला लो घोड़िया ने जरा ना कोई 40 के साल हो गए। 40 साल हो गए ने। उम्र किन्नी है? उम्र कोई 60 ते कोई 63 साल। 63 साल उम्र है ते 40 साल ए काम दा तजुर्बा है, यानी कि 25 साल दी उम्र च तुसीं ए काम शुरू कीता है। ठीक है। अच्छा बुजुर्गो, सानू ये दसो कि तुसीं 40 सालां दे तजुर्बे दे विच घोड़िया दे बारे केड़ी जेड़ा ना तुहानू मुश्किलात दा सामना करना पिया, किन्ना टाइम तुहानू जेड़ा ना गुजारना पिया, किवें तुहानू ये शौक पिया घोड़ा संभालण दा? शौक इस तरह ही वे छोटिया होंदिया ना उदो मतलब डंगर रखे हैं जी, ते एवें एक घोड़ा लैना है पूरा जिहा मतलब विशेरा लिआउणा जी, ते उहदी सेवा करनी है। ते सेवा इस तरह करनी है भी मतलब जदों इह बहार होणी ने इहदू पिछा ला लो मतलब कोई चेतर, ਉਹਨੂੰ ਮੱਖਣ ਦੇਣਾ ਜੀ ਘੋੜੇ ਨੂੰ, ਅਤੇ ਮੱਖਣ ਇਸ ਤਰ੍ਹਾਂ ਦੇਣਾ ਵੀ ਕਾਲੀਆਂ ਮਿਰਚਾਂ ਲੈਣੀਆਂ, ਉਹਨਾਂ ਨੂੰ ਮਤਲਬ ਪੀਹ ਕੇ ਅਤੇ ਵਿੱਚ ਉਹਨਾਂ ਨੂੰ ਮਤਲਬ ਮੱਖਣ ਦੇ ਉਹ ਦੇਣਾ। ਜੇ ਨਿਰਾ ਮੱਖਣ ਦਈਏ ਘੋੜੇ ਨੂੰ ਯਾਰ ਹੋ ਜਾਏ ਤਾਂ ਘੋੜਾ ਬਰਬਾਦ ਹੋ ਜਾਏਗਾ, ਮੱਖਣ ਦੇਣ ਦਾ ਵੀ ਕੋਈ ਫਾਇਦਾ ਨਹੀਂ। ਫਿਰ ਇਸ ਵਾਸਤੇ ਵੀ ਜਿਹੜੀ ਖੁਰਾਕ ਫਾਇਦਾ ਨਾ ਦੇ ਉਹਨੂੰ ਮਤਲਬ ਦੇਣ ਦਾ ਹੀ ਫਾਇਦਾ ਕੋਈ। ਬਿਲਕੁਲ। ਅੱਛਾ ਇੰਝ ਫਿਰ ਤੁਹਾਡਾ ਕੰਮ ਸ਼ੁਰੂ ਹੋਇਆ? ਇਸ ਤਰ੍ਹਾਂ ਹੋਇਆ, ਉਹ ਫਿਰ ਘੋੜਾ ਮੇਰੇ ਤੋਂ ਮਤਰਾਉਣਾ ਹੋ ਗਿਆ ਸੀ, ਮਤਲਬ ਸਾਡੇ ਕੋਲ ਕੰਮ ਘੱਟ ਸੀ, ਉਹ ਫਿਰ ਵੇਚਿਆ। ਚੰਗੇ ਪੈਸੇ ਮਾਸ਼ਾਅੱਲਾ ਉਹਨਾਂ ਨੇ ਦਿੱਤੇ ਸਾਨੂੰ, ਠੀਕ ਠਾਕ ਰਿਹਾ। ਅਤੇ ਉਸ ਤੋਂ ਬਾਅਦ ਫਿਰ ਸਾਨੂੰ ਜਿਉਂ ਜਿਉਂ ਸ਼ੌਕ ਪਿਆ, ਫਿਰ ਵੱਡੇ ਰੇੜੇ ਮਤਲਬ ਤੂੜੀ ਵਾਲੇ ਜੀ, ਉਹ ਫਿਰ ਤਰਵਣੀ ਮੂਸੇ ਖਾਂ ਜਦੋਂ ਬਣਵਾਇਆ ਰੇੜੇ, ਤਾਂ 40,000 ਤੂੜੀ ਦਾ ਕੰਮ ਕਰ ਰਹੇ, ਤੂੜੀ ਦਾ ਕੰਮ ਫਿਰ ਸ਼ੁਰੂ ਕਰ ਲਿਆ। ਐਸਾ ਫਿਰ ਕੀਤਾ, ਫਿਰ ਬੜਾ ਜਿਹਾ ਰਸਤਾ ਹੀ ਕੀਤਾ ਮਤਲਬ, ਉਹ ਫਿਰ ਤੂੜੀ ਅੱਗੋਂ ਗੱਠਾਂ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਫਿਰ ਅਸੀਂ ਨਾ ਮਤਲਬ ਪੱਠਿਆਂ ਦਾ ਸ਼ੁਰੂ ਕਰ ਲਿਆ। ਠੀਕ। ਹੁਣ ਪੱਠੇ ਖੜੀਦੇ ਨੇ ਸਵੇਰੇ ਤਕਰੀਬਨ ਲਾ ਲਓ ਵੀ 1 ਵਜੇ, 12 ਵਜੇ, 12:30, 2 ਵਜੇ ਉੱਠੀਏ, ਜਿਹੜੇ ਟਾਈਮ ਨਾਲ ਪੈਲੀ ਦੇ ਜਾ ਕੇ ਪੱਠੇ ਸਵੇਰੇ ਵੱਢਦੇ ਨੇ, ਅਤੇ ਉਹ ਆਪਣਾ ਸਿਆਲਕੋਟ ਮੰਡੀ ਆਪਣਾ ਵੇਚ ਕੇ ਆਉਂਦੇ। ਠੀਕ। ਅਤੇ ਉਹ ਇਹ ਵੀ ਜੇ ਪੱਠਿਆਂ ਦਾ ਵੀ ਕੀਤਾ ਸੀ ਅਤੇ ਘੋੜਿਆਂ ਦਾ ਪੂਰਾ ਧਿਆਨ ਕੀ ਕਰੀਏ, ਅਤੇ ਤਾਂ ਪੱਠਿਆਂ ਦਾ ਹੁੰਦਾ ਜਦੋਂ ਪੈਲੀਆਂ ਵਿੱਚ ਜਾਈਏ ਅਤੇ ਘੋੜਾ ਲਿਸਾ ਹੋਏ ਤਾਂ ਉੱਥੇ ਜਾ ਕੇ ਕਰਨਾ ਵੀ ਕੀ ਹੈ? ਅੱਛਾ, ਸਾਨੂੰ ਇਹ ਦੱਸੋ ਬਜ਼ੁਰਗੋ ਕਿ ਤੁਸੀਂ ਆਪਣਾ ਇਹ ਕੰਮ ਜਿਹੜਾ ਘੋੜੇ ਦੜਾਉਂਦੇ ਵੀ ਰਹੇ ਹੋ, ਰੇਸ ਲਵਾਉਂਦੇ ਰਹੇ ਹੋ? ਨਹੀਂ, ਰੇਸ ਨਹੀਂ ਲਵਾਈ, ਮੇਰਾ ਮਤਲਬ ਆਪਣਾ ਨਾ ਯਾਰ ਸੀ ਇੱਕ, ਅਤੇ ਉਹ ਦੜਾਉਂਦਾ ਸੀ ਘੋੜੇ ਇੱਥੇ, ਉਹਨੇ ਪਿਛਾ ਵਾਵਾ 8-10 ਸਾਲ ਹੋ ਗਏ ਨੇ ਘੋੜੀ ਲਿਆਂਦੀ ਸੀ। ਠੀਕ ਹੈ। ਉਹ ਫਿਰ ਮਤਲਬ ਨਾ ਬਈਏ ਨਾ ਜਦੋਂ ਆਪਣੀ ਆਪਣੀ ਹੁੰਦੀ ਹੈ ਨਾ ਮਤਲਬ ਮਾਰਕੀਟ, ਬਿਲਕੁਲ ਘੋੜਿਆਂ ਦੇ ਘੋੜਿਆਂ ਦੀ ਯਾਰ ਹੁੰਦੇ ਨੇ। ਹਾਂ ਬਿਲਕੁਲ। ਦੂਜਾ ਤਰੀਜਾ ਮਈਆਂ ਵਾਲਾ, ਤਾਂ ਉਹਨਾਂ ਦਾ ਮਈਆਂ ਵਾਲਾ ਹੀ ਹੁੰਦੀਆਂ ਨੇ, ਸਹੇਲੀਆਂ ਹੁੰਦੀਆਂ ਨੇ। ਉਹਦਾ ਇਹ ਹੁੰਦਾ ਵੀ ਚੜਾਉਣ ਵਾਲੇ ਘੋੜਿਆਂ ਦੀ ਜਿਹੜੀ ਖਾਟ ਹੈ ਨਾ, ਉਹਨਾਂ ਦੀ ਜਲੀ, ਜੇ ਮਤਲਬ ਉਹਨਾਂ ਨੂੰ ਇਹ ਪਾਈਏ ਨਾ ਚਣੇ, ਉਹ ਘੋੜੇ ਮਤਲਬ ਖਰਾਬ ਕਰਦੇ ਨੇ, ਫਿਰ ਉਹ ਤਲਬਾਜ਼ ਹੋ ਜਾਂਦੇ, ਚਣੇ ਹੁੰਦੇ ਨੇ, ਤਾਕਤ ਬੜੀ ਰੱਖਦੇ ਨੇ। ਠੀਕ। ਅਸੀਂ ਹੁਣ ਜਦੋਂ ਬਹੁਤਾ ਕੰਮ ਤੁਨ ਕੇ ਹੋਣਾ, ਤਾਂ 3 ਕਿਲੋ ਚਣੇ ਪਾਈਦੇ ਨੇ, ਅਤੇ ਆਪਣਾ ਤੂੜੀ ਚੋਖਰ ਬਰੀਕ ਵਧੀਆ ਪਾਉਣੇ ਨੇ ਪੱਠੇ, ਪੱਠਿਆਂ 'ਤੇ ਹੁਣ ਚਾਲੇ 'ਚ ਜਾਣਾ, ਉੱਥੇ ਜਾ ਕੇ ਚਾਲਾ ਖਾਣਾ, ਫਿਰ ਇੱਥੇ ਨਹੀਂ ਆਹ ਪਾਉਣਾ ਚਾਲ, ਇਸ ਵਾਸਤੇ ਜੇ ਚਾਲੇ ਪਾਈਏ ਤਾਂ ਫਿਰ ਨਹੀਂ। ਹੁਣ ਆਹ ਘੋੜਾ ਸਾਡਾ, ਇਹਨੂੰ ਕਰੀਬਨ ਨਾਲ 4 ਸਾਲ ਹੋਏ ਨੇ ਸਾਨੂੰ ਘੋੜਾ ਲਿਆ, ਅਤੇ ਆਹ ਪਿਛਾਂ ਦੇ ਛੜਿਆ ਸੀ, ਤਾਂ ਉਹਨਾਂ ਉੱਤੋਂ ਘੋੜਾ ਲਾ ਛੜਿਆ। ਹੁਣ ਘੋੜੇ ਲੱਗ ਜਾਣ ਤਾਂ ਉਹਨਾਂ ਦਾ ਮਤਲਬ ਫਿਰ ਛੁਟਾਉਣਾ ਬੜਾ ਮਤਲਬ ਔਖਾ ਹੋ ਜਾਂਦਾ। ਇਹ ਫਿਰ ਇਹ ਵੀ ਜੇ ਛੁੱਟਣ ਨਾ, ਤਾਂ ਕਈ ਘੋੜੇ ਕੰਮ ਛੱਡ ਜਾਂਦੇ। ਸਹੀ ਹੈ। ਫਿਰ ਕੰਮ ਛੱਡ ਜਾਂਦੇ, ਰਕਮ ਸਾਰੀ ਗਈ, ਫਾਇਦਾ ਤਾਂ ਕੋਈ ਨਾ ਹੋਇਆ ਘੋੜਾ ਰੱਖਣ ਦੇ। ਬਿਲਕੁਲ। ਇਹ ਹੁਣ 2 ਹਫ਼ਤੇ ਹੋਏ ਨੇ ਫਿਰ ਘੋੜਾ ਲਿਆ, ਮੈਂ ਲਿੱਸਾ ਕਰ ਛੱਡਿਆ ਘੋੜਾ ਨੂੰ।
ਠੀਕ ਹੁਣ ਜਾਵੇ ਫਿਰ ਰੱਬ ਦਾ ਸ਼ੁਕਰ ਹੈ ਹੁਣ ਵੀ ਪੱਠੇ 50-60 ਮਲਣੀ ਕੋਲ। ਅੱਛਾ ਘੋੜਿਆਂ ਦੀ ਖੁਰਾਕ ਜਿਹੜੀ ਹੈ ਬਿਹਤਰੀਨ ਉਹ ਕਿਹੜੀ ਹੈ? ਉਹ ਇਹ ਹੀ ਹੈ ਜਿਹੜੇ ਵਾਹਣ ਵਾਲੇ ਘੋੜੇ ਨਾ ਜਿਹਨੇ ਤੁੰਨ ਕੇ ਘੋੜੇ ਪੱਠੇ ਲਿਆਉਣੇ ਨੇ, ਬਿਲਕੁਲ 2-3 ਕਿਲੋ ਚਣੇ ਪਾਓ ਅਤੇ ਮਿਰਚ ਮਸਾਲਾ ਦਿਓ। ਮਤਲਬ ਮਸਾਲੇ ਦਾ ਇਹ ਜੇ ਤਾਂ ਮਤਲਬ ਸਮਝਦੇ ਹੋ ਨਾ ਫਿਰ ਰੋਜ਼ ਵੀ ਨਹੀਂ ਦੇਣਾ, ਹਾਂਜੀ ਤਕਰੀਬਨ ਮਹੀਨੇ ਬਾਅਦ ਇਹਨਾਂ ਦਾ ਮਸਾਲਾ ਵੱਖਰਾ ਇਕੱਠਾ ਹੀ ਬਣਾ ਲਓ। ਕੋਈ ਕਿਲੋ ਮਿਰਚਾਂ ਲਵੋ ਵਿੱਚ, ਕੋਈ ਪਾ ਕੋ ਕਾਲੀ ਜੀਰੀ ਸੁੱਟ ਲਓ, ਕੋਈ ਤੁੰਮਾ ਸੁੱਟ ਲਓ, ਦੂਸਰਾ ਕਿਲੋ ਮਿਰਚਾਂ ਬੜੀਆਂ ਜਿਹੀਆਂ ਸਹੀ ਹੈ। ਉਹ ਇਹ ਇਹਨਾਂ ਦਾ ਤਕਰੀਬਨ ਮਤਲਬ ਸਾਡੇ ਘੋੜੇ 2 ਨੇ ਨਾ, ਇਹਨਾਂ ਦਾ ਮਹੀਨਾ ਪਾਰ ਲੰਘ ਜਾਂਦਾ। ਅਤੇ ਉਹ ਆਪਣਾ ਵਿੱਚ ਮੇਥਰੇ ਨਹੀਂ ਹੁੰਦੇ ਜੀ ਜੀ, ਇਹ ਪਾ ਲਈ ਜਾਂਦੇ। ਸਹੀ ਹੈ। ਅੱਛਾ ਘੋੜੇ ਜਿਹੜੇ ਨੇ ਅਕਸਰ ਜਿਹੜੇ ਕਿ ਆਪਣਾ ਹਾਲੀ ਕੱਢਦੇ ਹੁੰਦੇ ਨੇ ਜਾਂ ਜਿਹੜੇ ਚੱਕ ਛੱਕ ਵੱਢਦੇ ਨੇ, ਜ਼ੋਰ ਨਹੀਂ ਲਾਉਂਦੇ ਜਾਂ ਦੌੜਾਉਣ ਵਾਸਤੇ ਘੋੜਿਆਂ ਨੂੰ ਆਪਣਾ ਹਾਲੀ ਹੱਥ 'ਚ ਕਿਵੇਂ ਪਾਈਦਾ, ਉਹ ਤਰੀਕੇ ਦੱਸੋ। ਉਹ ਜਦੋਂ ਇਹਨਾਂ ਨੂੰ ਲਿਆਉਣਾ ਨਾ ਘੋੜੇ ਨੂੰ ਹਾਲੀ ਕੱਢਣ ਵਾਸਤੇ, ਇਹਨਾਂ ਦੀ ਫਿਰ ਰੋਜ਼ ਹੀ ਥੋੜ੍ਹੀ ਵਰਗਸ਼ ਕਰਾਉਣੀ ਹੈ, ਵਜ਼ਨ ਘੱਟ ਪਾਉਣਾ। ਕਿਉਂ ਵਾਸਤੇ ਇਹਨਾਂ ਨੂੰ ਪਹਿਲਾਂ ਤਾਂ ਖਾਲੀ ਫੇਰਨਾ, ਇਹਨਾਂ ਦੀ ਵਰਗਸ਼ ਕਰਾ ਕੇ ਅਤੇ ਫਿਰ ਇਹਨਾਂ ਦੀ ਛਾਤੀ ਵੱਲ ਧਿਆਨ ਕਰਨਾ। ਜਿਹੜੇ ਘੋੜੇ ਦੀ ਛਾਤੀ ਲੱਗ ਜਾਏਗੀ ਉਹ ਕੰਮ ਨਹੀਂ ਹੋਣਗੇ, ਰੇੜਾ ਗੇੜਨਾ ਹੀ ਨਹੀਂ। ਦੂਸਰਾ ਇਹ ਵੀ ਇਹਨਾਂ ਦੇ ਘੋੜਿਆਂ ਦੇ ਨਿਜ਼ਾਮ ਇਹ ਨੇ ਵੀ ਜੇ ਇਹਨਾਂ ਦੇ ਲਿੰਗ ਪੈਰ ਚੰਗੇ ਨੇ ਤਾਂ ਫਿਰ ਰੇੜਾ ਗੇੜੇ ਦਾ, ਅਤੇ ਜੇ ਲਿੰਗ ਪੈਰ ਹੀ ਭੈੜੇ ਨੇ ਨਾ ਮਤਲਬ ਮੁੱਠੇ ਲੰਮੇ ਨੇ, ਉਹਨਾਂ ਨੇ ਕੀ ਗੇੜਨੇ। ਬਿਲਕੁਲ ਠੀਕ ਹੈ। ਇਹ ਹੁਣ ਮਤਲਬ ਸਾਡਾ ਘੋੜਾ ਅਜੇ ਲਿਸਾ, ਹੁਣ ਵੀ 60 ਮਿੰਟ ਪੱਠੇ ਘੋੜਾ ਲੈ ਜਾਂਦੇ। ਮਾਸ਼ਾਅੱਲਾ ਦੋਸਤੋ, ਤੁਹਾਨੂੰ ਘੋੜਾ ਵਹਾਵਾਂਗੇ ਬਜ਼ੁਰਗਾਂ ਦਾ। ਇਹ ਕਹਿੰਦੇ ਹਨ ਕਿ ਇਹਨੂੰ ਕੋਈ ਜ਼ਖਮ ਹੋਇਆ ਅਤੇ ਵੇਚ ਸਕਦੇ। ਅੱਛਾ ਤੁਸੀਂ ਕਹਿੰਦੇ ਹੋਏ ਚੱਕ ਛੱਕ ਵੱਢਦਾ, ਇਹ ਚੱਕ ਵੱਢਦਾ ਤਾਂ ਸਾਨੂੰ ਨਹੀਂ ਹੋਈ ਕੱਖ ਲੱਗਦਾ। ਠੀਕ ਹੈ, ਉੱਪਰੇ ਬੰਦਿਆਂ ਨੂੰ, ਉੱਪਰੇ ਬੰਦੇ ਨੂੰ ਵੱਢਦਾ ਤਾਂ ਅਸੀਂ ਲੱਤ ਪਾ ਲਈ ਜਿੱਦਾਂ ਮਰਜ਼ੀ ਲਗਾ, ਫਿਰ ਸਾਨੂੰ ਕੱਖ ਕੰਡਾ ਨਹੀਂ ਆਉਂਦਾ। ਬਿਛਾ ਕੇ ਇਹਨੂੰ ਖਰਕਣਾ ਕਰੋ, ਆਪਣਾ ਜਿੱਥੇ ਮਰਜ਼ੀ ਪਾਣੀ ਲਾਈ, ਸਾਨੂੰ ਨਹੀਂ ਕੋਈ। ਅੱਛਾ ਸਭ ਤੋਂ ਚੰਗੇ ਘੋੜੇ ਕਿਹੜੀ ਨਸਲ ਦੇ ਨੇ? ਚੰਗੇ ਘੋੜੇ ਜਿਹੜੇ ਨੇ ਸਾਰੇ ਸਾਡੇ ਇਲਾਕੇ ਦੇ ਵਿੱਚ ਜੀ, ਇੱਕ ਤਾਂ ਸਿੱਬੀ ਦਾ। ਸਹੀ ਹੈ, ਸਿੱਬੀ ਦਾ ਘੋੜਾ। ਸਿੱਬੀ ਦਾ ਘੋੜਾ ਜੀ, ਇੱਕ ਝੰਗ ਦਾ ਘੋੜਾ। ਇਹਨਾਂ ਦੀ ਪਹਿਚਾਣ ਕੀ ਹੈ, ਸਿੱਬੀ ਦੇ ਘੋੜੇ ਤੇ ਝੰਗ ਦੇ ਘੋੜੇ? ਉਹ ਵੇਖੋ ਪਰਲਾ ਘੋੜਾ ਸਾਡਾ ਸਿੱਬੀ ਦਾ। ਠੀਕ ਹੈ ਠੀਕ ਹੈ ਦੋਸਤੋ, ਵੇਖ ਸਕਦੇ ਹੋ ਘੋੜਾ ਜੀ। ਇਹ ਜਿਹੜੇ ਸਿੱਬੀ ਦੇ ਘੋੜੇ ਨੇ ਨਾ, ਹਾਂਜੀ ਇਹਨਾਂ ਦੀ ਤਿਆਰ ਕਰੀਏ, ਇਹਨਾਂ ਨਾਲ ਦਾ ਘੋੜਾ 10 ਇੰਚ ਦੀ ਬਣੀ ਹੈ ਸਾਡੇ ਪੂਰੇ ਇਲਾਕੇ ਦੇ ਵਿੱਚ। ਕੋਈ ਘੋੜਾ ਮਤਲਬ ਸਿੱਬੀ ਦਾ ਤੇ ਝੰਗ ਦਾ ਦੋਸਤੋ, ਇਹ ਸਿੱਬੀ ਦਾ ਘੋੜਾ। ਅੱਛਾ ਇਹਨਾਂ ਦੀ ਖਾਸ ਕੋ ਪਹਿਚਾਣ ਸਿੱਬੀ ਦੇ ਘੋੜੇ ਦੀ? ਇਹ ਸਿੱਬੀ ਦੇ ਘੋੜੇ ਪਿਛਾ ਰਹਿਣਾ ਇਹਦੇ ਤੋਂ ਜੀ, ਉੱਪਰੇ ਬੰਦੇ ਨੂੰ ਨਾ ਭੈਣ ਜੋ ਦੇ ਜੀ। ਪਛਾਣ ਇਹ ਵੀ ਜਿਹੜੇ ਨੇ ਨਾ ਝੰਗ ਦੇ ਘੋੜੇ ਜੀ, ਉਹ ਏਡੇ ਕੋਈ ਗਰਮ ਬਾਜ ਘੋੜੇ ਨੇ, ਉਹਨਾਂ ਦੇ ਕੰਨ ਇਸ ਤਰ੍ਹਾਂ ਸਿੱਧੇ ਹੋਣੇ ਨੇ, ਛੋਟੇ ਕੰਨ ਹੋਣੇ ਨੇ, ਸਮਝਦੇ ਜੀ, ਐਡੇ ਕੰਨ ਨਹੀਂ ਉਹਨਾਂ ਦੇ ਹੋਣੇ। ਉਹ ਵੇਖੋ ਸਿੱਬੀ ਦਾ ਘੋੜਾ ਨਾ, ਠੀਕ ਹੈ, ਫਿਰ ਉਹ ਗਾਢੀ ਨਸਲ ਇੰਨਾ ਵੀ ਅਸੀਂ ਉਹ ਇਹ ਵੇਖੋ ਰਿਹਾ ਘੋੜਾ ਹੈ, ਇਹ ਘੋੜਾ ਸਮਝੋ ਸਾਡੇ ਇਲਾਕੇ ਦੇ ਨੇ ਹੈ ਜਿਹੜਾ, ਠੀਕ ਹੈ, ਇਹਨੂੰ ਵੀ ਨਹੀਂ ਭਾਰ ਤਾਂ ਨਹੀਂ। ਇਹ ਆਪਣੇ ਆਪਣੇ ਇਲਾਕੇ ਹੁੰਦੇ ਨੇ ਉਹਦੀ ਹੋਰ ਮਤਲਬ ਆਧਾਰ। ਅੱਛਾ ਜੀ, ਹਾਂਜੀ। ਅੱਛਾ ਜਿਹੜੇ ਘੋੜੇ ਦੌੜਾਉਂਦੇ ਨੇ ਬੰਦੇ, ਆਹੋ ਉਹ ਦੌੜਨ ਵਾਲੇ ਘੋੜਿਆਂ 'ਚੋਂ ਚੰਗੀਆਂ ਨਸਲਾਂ ਕਿਹੜੀਆਂ ਨੇ? ਦੌੜਨ ਵਾਲੇ 'ਚ ਵਿਲਾਇਤੀ ਘੋੜਾ ਹੋਏ ਨਾ ਜੀ, ਵਿੱਚ ਕਰਾਸ ਹੋਏ ਜੀ ਜੀ, ਗਰੀਬਲ ਲਾ ਲਓ ਵੀ ਥੋੜ੍ਹਾ ਵੀ ਕਰਾਸ ਹੋ ਜਾਵੇ ਮਤਲਬ ਘੋੜੀ ਉਹ ਮਤਲਬ ਜੂਝੀਏ, ਅਤੇ ਉਹ ਮਤਲਬ ਦੌੜਾਉਣ ਦਾ ਵੀ ਇਹ ਵੀ ਕਈ ਉੱਤੇ ਬਹਿ ਕੇ ਦੌੜਾਉਂਦੇ ਨੇ। ਸਾਡਾ ਇੱਕ ਯਾਰ ਇੱਥੇ ਕੋਲ ਯੂਸਫ ਦਾ, ਅਤੇ ਉੱਥੇ ਗਏ ਹਾਂ ਅਤੇ ਉਹਨਾਂ ਨੇ ਸਾਰੇ ਘੋੜੇ ਵੱਧ ਪੇ ਰੱਖੇ ਨੇ ਆਪਣੋ ਨੇਜ਼ਾਬਾਜ਼ੀ ਕਰਦੇ, ਅਤੇ ਉਹ ਸਾਰੇ ਘੋੜਿਆਂ ਨੂੰ ਵੱਧਦੇ ਨੇ ਮਤਲਬ ਬਲੈਦੀ ਘੋੜੇ ਨਸਲਾਂ ਨੂੰ ਇੰਨਾ ਮਤਲਬ ਉਹਨਾਂ ਨੇ ਆਪਣਾ ਬਿਲਕੁਲ ਮਤਲਬ ਘਰ ਦੇ ਹਿਸਾਬ ਨਾਲ ਉਹਨਾਂ ਨਸਲਾਂ ਬਣਾ ਛੱਡੀਆਂ ਪੂਰੀ ਤਵੱਜੋ ਕਰਕੇ। ਠੀਕ ਹੈ। ਅੱਛਾ ਚੰਗੇ ਘੋੜੇ ਦੀ ਕੀਮਤ ਕੀ ਹੈ ਅੱਜ ਦੇ ਦੌਰ 'ਚ? ਅੱਜ ਦੇ ਦੌੜ 'ਚ ਚੰਗੀ ਕੀਮਤ ਜਿਹੜੀ ਹੈ ਘੋੜੇ ਦੀ 14 ਕੁ ਲੱਖ ਦੇ ਅੱਗੇ ਪਿੱਛੇ ਘੋੜਾ, 14 ਲੱਖ ਦੇ ਕੋਲ, 14-15 ਲੱਖ ਦਾ ਘੋੜਾ ਹੁਣ, ਇਸ ਤੋਂ ਘੱਟ ਨਹੀਂ। ਜਿਹੜਾ ਚੰਗਾ ਘੋੜਾ, ਜਿਹੜਾ ਚੰਗਾ ਘੋੜਾ ਮਤਲਬ ਵਲੈਤੀ ਜਿਹਨੂੰ ਆਉਂਦਾ ਵਾਲਾ ਵਲੈਤੀ ਘੋੜਾ, ਠੀਕ, 14-15 ਦੇ ਕੋਲ, 14-15 ਲੱਖ ਦੇ ਅੱਗੇ ਪਿੱਛੇ ਘੋੜਾ। ਅੱਛਾ ਘੋੜਾ ਜਿਹੜਾ ਚੰਗਾ ਉਹਦਾ ਕੱਦ ਸ਼ਦ ਤਕਰੀਬਨ ਕਿੰਨਾ ਹੁੰਦਾ? ਤਕਰੀਬਨ ਲਾ ਲਓ ਕੋਈ 7 ਫੁੱਟਾਂ ਦੇ ਅੱਗੇ ਪਿੱਛੇ ਕੱਦ ਹੋਏਗਾ ਜਿਹੜਾ ਚੰਗਾ ਘੋੜਾ ਹੋਏਗਾ ਜੀ। ਦੋਸਤੋ ਤੁਸੀਂ ਪਹਿਚਾਣ ਵੇਖੀ ਚੰਗੇ ਘੋੜਿਆਂ ਦੀਆਂ, ਅਲਾਮਤਾਂ ਵੇਖੀਆਂ, ਚੰਗੇ ਘੋੜਿਆਂ ਦੀ ਖੁਰਾਕ ਤੁਹਾਨੂੰ ਦੱਸੀ ਗਈ ਹੈ, ਸੁੱਕੀ ਖੁਰਾਕ ਕੀ ਹੈ, ਗਿੱਲੀ ਖੁਰਾਕ ਕੀ ਹੈ, ਵਾਹਣ ਵਾਸਤੇ ਕਿਹੜਾ ਬਿਹਤਰੀਨ ਹੈ। ਦੋਸਤੋ ਵੀਡੀਓ ਪਸੰਦ ਆਏ ਲਾਈਕ ਕਰੋ, ਅਤੇ ਦੂਸਰੇ ਹੀ ਦੋਸਤੋ ਪਾਰਟ 2 ਦੇ ਵਿੱਚ ਤੁਹਾਨੂੰ ਬਜ਼ੁਰਗਾਂ ਦਾ ਇਹ ਦੱਸਾਂਗੇ ਕਿ ਘੋੜਿਆਂ ਦੀਆਂ ਬਿਮਾਰੀਆਂ ਕੀ ਨੇ,
कि जिहड़ियां बीमारियां घोड़ियां दियां निशानियां की ने उहदा इलाज की है उहदे देसी उहदे आर्टिफिशियल नैचुरल इलाज केड़े ने। वीडियो पसंद आए लाइक करो, मजीद वीडियोज़ वेखने लई चैनल नूं सबसक्राइब करो।